ਡਿਪਟੀ ਕਮਿਸ਼ਨਰ ਨੂੰ ਮਿਲੇ, ਜਿਹੜਾ ਇਹਨਾਂ ਨੇ ਆਪਣਾ ਦੱਸਿਆ ਉਹ ਤਾਂ ਵਿਸ਼ੇ ਸੀਗਾ ਹੀ, ਉਹਦੇ ਨਾਲ ਇੱਕ ਬਹੁਤ ਬੜਾ ਵਿਸ਼ੇ ਜਿਹੜਾ ਬਹੁਤ ਸਮੇਂ ਤੋਂ ਸਤੀਸ਼ ਜੀ ਜਿਹੜੇ ਗਊ ਰੱਖਿਆ ਦਲ ਦੇ ਪ੍ਰਧਾਨ ਨੇ ਉਹ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਚੱਕ ਵੀ ਰਹੇ ਆ, ਰਾਤ ਨੂੰ ਗਊ ਹੱਤਿਆ ਕਰਨ ਲਈ ਲਿਜਾ ਰਹੇ ਗੱਡੀਆਂ ਨੂੰ ਪਕੜਦੇ ਹੈ। ਪਿਛਲੇ ਦਿਨੀ ਪਟਿਆਲਾ ਦੇ ਨੇੜੇ ਜਿਹੜਾ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਹੈ ਜਿੱਥੇ ਸਾਹਿਬਜ਼ਾਦਿਆਂ ਦਾ ਸਾਕਾ ਹੋਇਆ ਔਰ ਕੁਛ ਦਿਨਾਂ ਬਾਅਦ ਉਸ ਸਾਕੇ ਦੀ ਬਰਸੀ ਜਿਹੜੀ ਹੈ ਉਹ ਵੀ ਆਉਣ ਵਾਲੀ ਹੈ। ਉਸ ਕੁਛ ਦਿਨ ਪਹਿਲਾਂ ਉੱਥੇ ਰਾਤ ਨੂੰ ਇਹਨਾਂ ਨੇ ਬੜੀ ਮਿਹਨਤ ਕਰਕੇ ਐਸੀ ਜਗ੍ਹਾ ਨੂੰ ਪਕੜਿਆ ਜਿੱਥੇ ਗਊਆਂ ਨੂੰ ਸਰੇਆਮ ਕੱਟਿਆ ਵੱਢਿਆ ਜਾ ਰਿਹਾ ਸੀਗਾ, ਬੜੇ ਪੱਧਰ ਦੇ ਉੱਤੇ ਗਊਆਂ ਨੂੰ ਮਾਰਿਆ ਜਾ ਰਿਹਾ ਸੀ ਔਰ ਇਹਨਾਂ ਨੇ ਉਪਰਾਲਾ ਕਰਕੇ ਆਪਣੀ ਜਾਨ 'ਤੇ ਖੇਲ ਕੇ ਪਕੜਿਆ। ਅਸੀਂ ਸਾਰੇ ਉੱਥੇ ਪਹੁੰਚੇ, ਆ ਹਿੰਦੂ ਤਖ਼ਤ ਦੇ ਪ੍ਰਮੁੱਖ ਸਾਹਿਬ ਔਰ ਅਸੀਂ ਪਾਸੀ ਜੀ ਸਤੀਸ਼ ਜੀ ਤਾਂ ਸੀਗੇ ਹੀ, ਅਸੀਂ ਉੱਥੇ ਪਹੁੰਚੇ ਔਰ ਦੇਖਿਆ ਵੀ ਗਊ ਹੱਤਿਆ ਬੜੇ ਪੱਧਰ ਦੇ ਉੱਤੇ ਕੀਤੀ ਜਾ ਰਹੀ ਹੈ ਔਰ ਅਸੀਂ ਉਸ ਦੇ ਵਿੱਚ ਫੈਸਲਾ ਕੀਤਾ ਵੀ ਗਊ ਹੱਤਿਆਰਿਆਂ ਨੂੰ ਤੁਰੰਤ ਪਕੜਿਆ ਜਾਏ। ਪਹਿਲਾਂ ਧਰਨਾ ਜਿਹੜਾ ਹੈ ਪੂਰੇ ਪੰਜਾਬ 'ਚ 2 ਦਸੰਬਰ ਨੂੰ ਲੱਗਣਾ ਸੀਗਾ, ਪਰ ਪੁਲਿਸ ਪ੍ਰਸ਼ਾਸਨ ਨੇ ਕੁਛ ਜਿਹੜੇ ਆਰੋਪੀ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਪਰ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਗਊ ਹੱਤਿਆ ਕਰਨ ਵਾਲੇ ਹੈ ਇਹਨਾਂ ਦਾ ਸਮੂਲ ਨਾਸ ਹੋਵੇ, ਜੜ੍ਹ ਤੋਂ ਜਿਹੜਾ ਹੈ ਇਹਨਾਂ ਦਾ ਇਲਾਜ ਹੋਵੇ। ਅੱਜ ਵੀ ਇੱਥੇ ਦੱਸਿਆ ਗਿਆ ਕਿ ਕਿਸੇ ਪੁਲਿਸ ਚੌਕੀ 'ਚ ਗਊਆਂ ਨਾਲ ਭਰਿਆ ਟਰੱਕ ਪਕੜਿਆ ਗਿਆ। ਤਾਂ ਸਾਰੇ ਸੰਗਠਨਾਂ ਨੇ ਫੈਸਲਾ ਕੀਤਾ ਹੈ ਕਿ 16 ਦਸੰਬਰ 2024 ਨੂੰ ਸਰਕਾਰ ਦੇ ਖਿਲਾਫ਼ ਬਹੁਤ ਬੜੇ ਧਰਨੇ ਹਰ ਡਿਪਟੀ ਕਮਿਸ਼ਨਰ ਦੇ ਬਾਹਰ ਲਗਾਏ ਜਾਣਗੇ। ਉਸੇ ਸਿਲਸਿਲੇ 'ਚ ਅੱਜ ਮੋਗਾ ਦੇ ਵਿੱਚ ਵੀ ਅਸੀਂ ਸਾਰੇ ਇੱਕਜੁੱਟ ਹੋ ਕੇ ਆਏ ਹਾਂ। ਇਹ ਮਸਲੇ ਤੋਂ ਇਲਾਵਾ ਇੱਥੇ ਜਿਹੜਾ ਸਨਾਤਨ ਕਿਹੜਾ ਮੰਦਰ ਹੈ, ਸ਼੍ਰੀ ਰਾਮ ਮੰਦਰ ਦੇ ਵਿੱਚ ਸਾਰੇ ਹਿੰਦੂ ਸੰਗਠਨਾਂ ਦੀ ਮੀਟਿੰਗ ਬੁਲਾਈ ਗਈ ਹੈ, ਸਾਰਿਆਂ ਨਾਲ ਚਰਚਾ ਹੋ ਗਈ। ਪਹਿਲੀ ਮੀਟਿੰਗ ਇੱਥੇ ਹੋ ਰਹੀ ਹੈ, ਉਸ ਤੋਂ ਬਾਅਦ ਅੱਜ ਹੀ ਬਰਨਾਲੇ ਹੈ 4 ਵਜੇ, ਸੰਗਰੂਰ ਵੀ ਹੈ। ਇਹ ਜਿਹੜੇ 2 ਜਗ੍ਹਾ ਦੀ ਮੀਟਿੰਗਾਂ ਅੱਜ ਹੈ, ਕੱਲ੍ਹ ਲੁਧਿਆਣੇ ਵਿਖੇ ਮੀਟਿੰਗ ਕੀਤੀ ਜਾਊਗੀ। ਤਾਂ ਅਸੀਂ ਅੱਜ ਇੱਥੇ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਅਮਨ ਅਰੋੜਾ ਜੀ ਬਾਂਗਲਾਦੇਸ਼ ਦੇ ਹਿੰਦੂਆਂ ਦੀ ਗੱਲ ਕਰ ਰਹੇ ਹੈ, ਬਹੁਤ ਅੱਛੀ ਗੱਲ ਹੈ, ਕਰਨੀ ਚਾਹੀਦੀ ਹੈ, ਉੱਥੇ ਦੇ ਹਿੰਦੂ ਖਤਰੇ 'ਚ ਹੈ। ਪਰ ਇੱਥੇ ਪੰਜਾਬ ਦੀ ਧਰਤੀ 'ਤੇ ਵੀ ਗਊ ਹੱਤਿਆ ਲਗਾਤਾਰ ਵੱਧ ਰਹੀ ਹੈ। ਅਸੀਂ ਅਮਨ ਅਰੋੜਾ ਜੀ ਨੂੰ ਬੇਨਤੀ ਕਰਾਂਗੇ ਕਿ ਉਹ ਪੰਜਾਬ ਦੇ ਪ੍ਰਧਾਨ ਬਣੇ ਹੈ, ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਤੱਕ ਇਹ ਗੱਲ ਪਹੁੰਚਾਉਣ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਕਾਨੂੰਨ ਦੀ ਐਸੀ ਵਿਵਸਥਾ ਕੀਤੀ ਜਾਏ ਕਿ ਕੋਈ ਵੀ ਗਊ ਹੱਤਿਆ ਕਰਨ ਵਾਲੇ ਦੀ ਹਿੰਮਤ ਨਾ ਹੋਏ ਕਿ ਉਹ ਪੰਜਾਬ ਦੀ ਪਵਿੱਤਰ ਧਰਤੀ 'ਤੇ ਇਸ ਤਰ੍ਹਾਂ ਦਾ ਕਾਰਨਾਮਾ ਕਰ ਸਕੇ। ਅਤੇ 16 ਦਸੰਬਰ 2024 ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਦੇ ਬਾਹਰ ਗਊ ਰੱਖਿਆ ਦਲ ਦੀ ਅਗਵਾਈ ਦੇ ਵਿੱਚ ਗਊ ਭਗਤ, ਜਿਹੜੇ ਵੀ ਗਊ ਭਗਤ ਹੈ, ਚਾਹੇ ਉਹ ਸ਼ਿਵ ਸੈਨਾ ਦੇ ਹੈ, ਚਾਹੇ ਉਹ ਬਜਰੰਗ ਦਲ ਦੇ ਹੈ, ਚਾਹੇ ਉਹ ਵਿਸ਼ਵ ਹਿੰਦੂ ਪਰਿਸ਼ਦ ਹੈ, ਕਿਸੇ ਵੀ ਸੰਗਠਨ ਨਾਲ ਹੈ, ਜਿਨ੍ਹਾਂ ਦੀ ਆਸਥਾ ਗਊ ਮਾਤਾ ਦੇ ਪ੍ਰਤੀ ਹੈ, ਉਹਨਾਂ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ, ਆਪਣੇ ਆਪਣੇ ਜ਼ਿਲ੍ਹਿਆਂ 'ਚ ਪ੍ਰਬੰਧ ਕਰਨ ਕਿ ਸਨਾਤਨੀ ਹਿੰਦੂ ਬੜੀ ਸੰਖਿਆ ਦੇ ਵਿੱਚ ਨਿਕਲ ਕੇ ਆਉਣ ਔਰ 16 ਦਸੰਬਰ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਬਾਹਰ ਧਰਨੇ ਦਿੱਤੇ ਜਾਣ। ਇਹ ਸਾਡਾ ਦੂਸਰਾ ਵੀ ਮਕਸਦ ਹੈ ਜਿਹੜਾ ਇਹਨਾਂ ਨੇ ਦੱਸਿਆ। ਤੁਸੀਂ ਦੱਸੋ ਵੀ ਖਾਲਿਸਤਾਨੀ ਜਿਹੜੇ ਸੋਚ ਦੇ ਲੋਕ ਹੈ ਉਹਨਾਂ ਦਾ ਦਬਾਅ ਐਸਾ ਹੈ ਵੀ ਜਿਹੜੀ ਚੀਜ਼ ਇਹਨਾਂ ਦੇ ਗਲਾਡਾ ਦੇ ਜੁਡਿਕਸ਼ਨ 'ਚ ਆ ਰਹੀ ਹੈ, ਜਿਹੜੇ ADC ਸਾਹਿਬ ਨੇ ਨੋਟਿਸ ਦਿੱਤਾ ਉਹਦੀ ਜੁਡਿਕਸ਼ਨ 'ਚ ਹੀ ਨਹੀਂ ਹੈ, ਉਹਦੀ ਪਾਵਰ 'ਚ ਹੀ ਨਹੀਂ ਹੈ। ਮੈਂ ਇਹੀ ਸਵਾਲ ਚੁੱਕਿਆ ਵੀ ਜਦੋਂ ਮੋਗਾ ਦੇ ADC ਦੀ ਜੁਡਿਕਸ਼ਨ 'ਚ ਨਹੀਂ ਆ ਰਹੀ ਨੋਟਿਸ ਦੇਣਾ, ਫਿਰ ਉਹਨਾਂ ਨੇ ਵਿੱਚ ਕਪੈਸਿਟੀ ਕਿਸਦੀ ਹੈਸੀਅਤ ਦੇ ਵਿੱਚ ਉਹਨੇ ਦਿੱਤਾ, ਕੋਈ ਜਵਾਬ ਨਹੀਂ ਆਇਆ। ਡਿਪਟੀ ਕਮਿਸ਼ਨਰ ਨੇ ਅਸ਼ੋਰ ਕੀਤਾ ਕਿ ਮੈਂ ਪੂਰੀ ਜਾਂਚ ਕਰਕੇ ਉਸ ਵਿਅਕਤੀ ਦੇ ਖਿਲਾਫ਼ ਕਾਰਵਾਈ ਕਰਾਂਗਾ। ਇਹ ਤੁਸੀਂ ਦੇਖ ਸਕਦੇ ਹੋ, ਜੇ ਸਨਾਤਨੀ ਕੋਈ ਮੰਦਿਰ ਬਣਾ ਰਿਹਾ ਹੋਵੇ, ਕਾਨੂੰਨ ਨਾ ਵੀ ਲਾਗੂ ਹੋ ਰਿਹਾ ਹੋਵੇ, ਤਾਂ ਵੀ ਜ਼ਬਰਦਸਤੀ ਕਾਨੂੰਨ ਲਾਗੂ ਕਰ ਦਿੱਤਾ ਜਾਂਦਾ।
ਇਹ ਡੀਸੀ ਨੋਟਿਸ ਦੇ ਹੀ ਨਹੀਂ ਸਕਦਾ ਮੌਕੇ ਦਾ, ਉਹਨੇ ਨੋਟਿਸ ਦਿੱਤਾ ਜਿਹੜਾ ਆਰਡਰ ਕਰਦੇ ਵੀ ਢਾ ਦਿਓ। ਇਹ ਨਾਜ਼ਰ ਸਾਹੀ ਹੈ। ਅਮਨ ਅਰੋੜਾ ਜੀ, ਤੁਸੀਂ ਪੰਜਾਬ ਦੇ ਪ੍ਰਧਾਨ ਹੋ, ਇਹੋ ਜਿਹੇ ਏ ਡੀ ਸੀ ਅਗਰ ਕੰਮ ਕਰਨਗੇ ਤਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਨਹੀਂ ਬਣੇਗੀ, ਕਿਉਂਕਿ 45% ਹਿੰਦੂਆਂ ਦੀਆਂ ਭਾਵਨਾਵਾਂ ਨੂੰ ਜੇ ਤੁਸੀਂ ਕਤਲ ਕਰੋਗੇ ਗਊ ਮਾਤਾ ਦੇ ਰੂਪ 'ਚ, ਮੰਦਰ ਦੇ ਰੂਪ 'ਚ, ਫਿਰ ਸਰਕਾਰ ਨੂੰ ਵੋਟ ਨਹੀਂ ਮਿਲੇਗੀ। ਇਸ ਕਰਕੇ ਜਿਹੜਾ ਤੁਸੀਂ ਪ੍ਰਧਾਨ ਬਣੇ ਹੋ ਤਾਂ ਇਹੋ ਜਿਹੇ ਏ ਡੀ ਸੀ ਨੂੰ ਠਿਕਾਣੇ ਲਗਾਓ, ਜਿਹੜੇ ਕਿ ਜਿਹਨਾਂ ਦੀ ਜੁਡੀਸ਼ਨ 'ਚ ਨਹੀਂ ਆ ਰਿਹਾ, ਉਹ ਨੋਟਿਸ ਦੇ ਰਹੇ ਆ, ਕਹਿ ਰਹੇ ਢਾ ਦਿਓ। ਵੀ ਜਦੋਂ ਤੇਰੀ ਜੁਡੀਕਸ਼ਨ 'ਚ ਨਹੀਂ, ਤੂੰ ਜਾਂ ਤਾਂ ਮਤਲਬ ਨਕਲੀ ਡਿਗਰੀ ਲੈ ਲਈ ਹੈ IAS ਦੀ, ਵੀ ਏ ਡੀ ਸੀ ਬਣ ਗਿਆ। ਤਾਂ ਮੇਰਾ ਸਵਾਲ ਸਰਕਾਰ ਨੂੰ ਵੀ ਹੈ ਵੀ ਏ ਡੀ ਸੀ ਨੂੰ ਪੁੱਛੋ ਵੀ ਤੇਰੀ ਜੁਡੀਕਸ਼ਨ 'ਚ ਨਹੀਂ ਸੀ, ਤੂੰ ਕਿਸ ਹੈਸੀਅਤ 'ਚ ਨੋਟਿਸ ਦਿੱਤਾ। ਦੂਸਰਾ, ਗਊ ਹੱਤਾ ਲਗਾਤਾਰ ਵੱਧ ਰਹੀ ਹੈ, ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਹਿੰਦੂ ਸਮਾਜ ਦੇ ਸਾਰੇ ਲੋਕ, ਚਾਹੇ ਉਹ ਭਾਜਪਾ ਦੇ ਹੋਣ, ਬਜਰੰਗ ਦਲ ਦੇ ਹੋਣ, ਆਮ ਆਦਮੀ ਪਾਰਟੀ ਦੇ ਹੋਣ, ਕਿਸੇ ਵੀ ਪਾਰਟੀ ਦੇ ਹੋਣ, ਜਿਹੜੇ ਭਗਵਾਨ ਰਾਮ ਦੀ ਪੂਜਾ ਕਰਦੇ ਹੈ ਔਰ ਭਗਵਾਨ ਕ੍ਰਿਸ਼ਨ ਦੀ ਗਊ ਮਾਤਾ ਦੇ ਵਿੱਚ ਆਸਥਾ ਰੱਖਦੇ ਹੈ, ਉਹ 16 ਤਰੀਕ ਨੂੰ ਆਪਣੇ ਆਪਣੀ ਜਗ੍ਹਾ ਦੇ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਬਾਅਦ ਧਰਨਾ ਦੇਣ। ਜੈ ਸ਼੍ਰੀ ਰਾਮ। ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਜੈ ਮਾਈ ਜੈ ਮਹਾਕਾਲ। ਡੀ ਸੀ ਸਾਹਿਬ ਨੂੰ ਮਿਲਣ ਵਾਸਤੇ ਸਮੁੱਚੇ ਪੰਜਾਬ 'ਚੋਂ ਨੈਸ਼ਨਲ ਪੱਧਰ ਦੇ ਜਿਹੜੇ ਸਨਾਤਨੀ ਆਗੂ ਹੈ, ਰਾਸ਼ਟਰੀ ਪੱਧਰ ਦੇ ਜਿਹੜੇ ਨੁਮਾਇੰਦਗੀ ਕਰਨ ਵਾਲੇ ਪ੍ਰਮੁੱਖ ਪੰਜ ਚਾਰ ਚਿਹਰੇ ਹੈ, ਉਹ ਸਾਰੇ ਡੀ ਸੀ ਸਾਹਿਬ ਨੂੰ ਮਿਲਣ ਆਏ ਸੀ। ਪੱਤੋ ਹੀਰਾ ਸਿੰਘ ਵਾਲਾ ਜਿਹੜਾ ਨਿਹਾਲ ਸਿੰਘ ਵਾਲੇ ਦੇ ਨਾਲ ਪਿੰਡ ਪੈਂਦਾ, ਉੱਥੇ ਕਾਲੀ ਮਾਤਾ ਦੇ ਮੰਦਿਰ ਦੀ ਉਸਾਰੀ ਜਿਹੜੀ ਮਹਾਂਮੰਡਲੇਸ਼ਵਰ ਸਤਿਆਨੰਦ ਗਿਰੀ ਜੀ ਮਹਾਰਾਜ ਵੱਲੋਂ ਕੀਤੀ ਜਾ ਰਹੀ ਸੀ, ਜੋ ਕਿ ਜਿਉਣੇ ਅਖਾੜੇ ਤੋਂ ਸੰਨਿਆਸੀ ਨੇ ਅਤੇ ਮਹਾਂਮੰਡਲੇਸ਼ਵਰ ਨੇ, ਉੱਥੇ ਦੇ ਕੁਛ ਸ਼ਰਾਰਤੀ ਅੰਸ਼ਰਾਂ ਨੇ ਪਹਿਲਾਂ ਕੋਰਟ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ, ਜਦੋਂ ਸਿਵਲ ਕੋਰਟ ਨੇ ਉਸ ਗੱਲ ਤੋਂ ਇਨਕਾਰੀ ਕਰਤੀ ਵੀ ਨਿੱਜੀ ਪ੍ਰਾਪਰਟੀ ਹੈ ਅਤੇ ਮੰਦਰ ਜਾਂ ਗੁਰਦੁਆਰੇ ਦੀ ਉਸਾਰੀ 'ਤੇ ਜਿਹੜਾ ਰੋਕ ਨਹੀਂ ਲਾਈ ਜਾ ਸਕਦੀ। ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨਾਲ ਕਾਫੀ ਚਿਰ ਜਦੋਂ ਜਾਇਦ ਕਰਨ ਤੋਂ ਬਾਅਦ ਜਦੋਂ ਪੁਲਿਸ ਪ੍ਰਸ਼ਾਸਨ ਨੇ ਮਹਾਂਮੰਡਲੇਸ਼ਵਰ ਸਾਹਿਬ ਦੇ ਹੱਕ ਦੇ ਵਿੱਚ ਆਪਣਾ ਨਿਰਣੇ ਦਿੱਤਾ ਵੀ ਇਹ ਉਸਾਰੀ ਨਹੀਂ ਰੋਕੀ ਜਾ ਸਕਦੀ, ਉਹਨਾਂ ਨੇ ਗੋਲ ਮੋਲ ਕਰਕੇ ਪੋਲੀਟੀਕਲ ਸਿਫਾਰਸ਼ਾਂ ਕਰਾ ਕੇ ਏ ਡੀ ਸੀ ਦੇ ਥਰੂ 2 ਨੋਟਸ ਹੈ ਜਿਹੜੇ ਉਸ ਉਸਾਰੀ ਨੂੰ ਢਾਣ ਵਾਸਤੇ ਮਹਾਂਮੰਡਲੇਸ਼ਵਰ ਸਤਿਆਨੰਦ ਗਿਰੀ ਜੀ ਮਹਾਰਾਜ ਨੂੰ ਭੇਜੇ ਸੀ, ਜਿਹਦੇ ਉੱਤੇ ਰਿਐਕਸ਼ਨ ਕਰਦਿਆਂ ਹੋਇਆਂ ਸਮੁੱਚੇ ਪੰਜਾਬ 'ਚੋਂ ਸ਼ਿਵ ਸੈਨਾ ਹਿੰਦੁਸਤਾਨ ਦੇ ਜਿਹੜੇ ਪ੍ਰਧਾਨ ਪਵਨ ਗੁਪਤਾ ਜੀ, ਸਤੀਸ਼ ਸ਼ਰਮਾ ਜੀ ਗਊਰਕਸ਼ਾ ਦਲ ਤੋਂ, ਕਾਲੀ ਮਾਤਾ ਮੰਦਿਰ ਤੋਂ ਲੰਗਰ ਮੈਨੇਜਮੈਂਟ, ਹੋਰ ਸਾਰੇ ਜਿਹੜੇ ਸਾਥੀ ਆ ਸਾਡੇ, ਉਹ ਇਕੱਲੀ ਇਕੱਲੀ ਥਾਂ ਤੋਂ ਸੰਤ ਸਮਾਜ 'ਚੋਂ ਜਿੰਨੇ ਸਾਥੀ ਆਏ ਆ, ਉਹ ਸਿਰਫ ਇਸ ਗੱਲ ਦੀ ਗੱਲ ਕਰਨ ਆਏ ਸੀ ਡੀ ਸੀ ਸਾਹਿਬ ਨਾਲ ਵੀ ਅਸੀਂ ਪੰਜਾਬ 'ਚ ਅਮਨ ਅਮਾਨ ਅਤੇ ਸ਼ਾਂਤੀ ਚਾਹੁੰਦੇ ਹਾਂ, ਪਰ ਸਾਨੂੰ ਸ਼ਾਂਤ ਰਹਿਣ ਦਿਓ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਸਾਡਾ ਜਿਹੜਾ ਪੂਜਾ ਸਥਲ ਨੇ ਜਾਂ ਸਾਡਾ ਪੂਜਾ ਦਾ ਅਧਿਕਾਰ ਹੈ ਉਹ ਸਾਡੇ ਤੋਂ ਨਾ ਖੋਇਆ ਜਾਏ। ਇਹ ਹਿੰਦੁਸਤਾਨ ਹੈ, 1947 'ਚ ਜਾਤ ਕੌਮ ਅਤੇ ਨਾਂ ਦੇ ਆਧਾਰ 'ਤੇ ਵੱਖਰਾ ਹੋਇਆ ਦੇਸ਼ ਹੈ, ਇਹ ਹਿੰਦੁਸਤਾਨ ਹਿੰਦੂਆਂ ਨੂੰ ਅਤੇ ਸਿੱਖਾਂ ਨੂੰ ਮਿਲਿਆ ਹੋਇਆ ਦੇਸ਼ ਹੈ, ਇਹਦੇ ਨਾਲ ਜਿਹੜਾ ਦੂਜਾ ਭਾਈਚਾਰਾ ਸੀ ਉਹਨਾਂ ਦਾ ਦੇਸ਼ ਵੱਖਰਾ ਹੋ ਗਿਆ ਸੀ, ਪਰ ਅੱਜ ਜਿਹੜਾ ਪੂਜਾ ਦੇ ਹਾਲਾਤ ਨੇ ਉਹ ਲੱਗਦਾ ਵੀ ਅਫਗਾਨਿਸਤਾਨ ਵਰਗੇ ਹੈ। ਪੰਜਾਬ ਸਰਕਾਰ ਇਨਸਾਫ ਦੇਣ ਦੇ ਵਿੱਚ ਅਸਫਲ ਸਾਬਤ ਹੋ ਰਹੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਵੀ ਜਿਵੇਂ ਪੱਤੋ ਦੇ ਵਿੱਚ ਮਸਲਾ ਹੋਇਆ ਨਿਹਾਲ ਸਿੰਘ ਵਾਲੇ 'ਚ, ਪੰਜਾਬ ਦੇ ਹੋਰ ਕਈ ਥਾਵਾਂ 'ਤੇ ਹੋ ਰਿਹਾ, ਸਾਡੀ 1000% ਕੋਸ਼ਿਸ਼ ਰਹਿੰਦੀ ਹੈ ਸਨਾਤਨ ਮਤੀਆਂ ਦੀ, ਸਨਾਤਨੀ ਲੀਡਰਾਂ ਦੀ, ਵੀ ਪੰਜਾਬ ਦੀ ਜਿਹੜੀ ਅਮਨ ਅਮਾਨ ਅਤੇ ਸ਼ਾਂਤੀ ਬਣੀ ਰਹੇ, ਪਰ ਦੂਜੇ ਪਾਸਿਓਂ ਵੀ ਇਹ ਚਾਹੀਦਾ ਵੀ ਅਮਨ ਅਮਾਨ ਅਤੇ ਸ਼ਾਂਤੀ ਨੂੰ ਕੋਈ ਨਾ ਕੋਈ ਸਹਾਰਾ ਲਾਇਆ ਜਾਏ। ਇੱਕ ਪਾਸਿਓਂ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ, ਅਸੀਂ ਸ਼ਾਂਤੀ ਦੀ ਤਾੜੀ ਵਜਾਉਣੀ ਚਾਹੁੰਦੇ ਹਾਂ, ਪਰ ਦੂਜੇ ਸਾਥੀਆਂ ਨੂੰ ਵੀ ਚਾਹੁੰਦੇ ਹਾਂ ਵੀ ਸ਼ਾਂਤੀ ਦੀ ਤਾੜੀ ਸਾਡੇ ਨਾਲ ਬਰਾਬਰੋ ਬਰਾਬਰੀ ਵਜਾਉਣ, ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਉਹ ਤਾੜੀ ਦਾ ਧਿਆਨ ਰੱਖੇ। ਇਸ ਕਰਕੇ ਅੱਜ ਮਿਲ ਕੇ ਆਇਆ, ਡੀ ਸੀ ਸਾਹਿਬ ਨੂੰ ਵਿਸ਼ਵਾਸ ਦਵਾਇਆ ਵੀ ਉਹ ਜਿਹੜੀ ਮੰਦਰ ਦੀ ਉਸਾਰੀ ਹੈ ਜਿਉਂ ਦੀ ਤਿਉਂ ਬਣੀ ਰਹੇਗੀ,
ਉਹਦੇ ਨਾਲ ਕੋਈ ਛੇੜਛਾੜ ਨਹੀਂ ਹੋਏਗੀ। ਜੇ ਛੇੜਛਾੜ ਹੋਏਗੀ ਫਿਰ ਤੁਹਾਨੂੰ ਪਤਾ ਸਾਨੂੰ ਵੀ ਨਿਰਣੇ ਲੈਣਾ ਪਏਗਾ ਕੋਈ ਨਾ ਕੋਈ। ਇਸ ਕਰਕੇ ਡੀਸੀ ਸਾਹਿਬ ਦੇ ਵਿਸ਼ਵਾਸ ਤੇ ਅਨੁਸ਼ਾਸਨ ਤੇ ਸਾਰੇ ਸਾਥੀ ਉਹਨਾਂ ਦੇ ਵਿਸ਼ਵਾਸ ਨੂੰ ਮੰਨਦੇ ਹੋਏ ਆਏ ਆ। ਉਹਨਾਂ ਨੇ ਹਫਤੇ ਦਾ ਟਾਈਮ ਮੰਗਿਆ, ਉਹਨਾਂ ਦੇ ਆਫੀਸਰ ADC ਇੱਕ ਹਫਤੇ ਦੀ ਛੁੱਟੀ 'ਤੇ ਗਿਆ ਹੋਇਆ। ਇਸ ਤੋਂ ਬਾਅਦ ਉਹ ਕਹਿੰਦੇ ਮੈਂ ਆਪ ਇਹਦੀ ਇਨਕੁਆਇਰੀ ਕਰਾ ਕੇ ਜਿਹੜਾ ਮਸਲਾ ਇਹਨੂੰ ਹੱਲ ਕਰਾਂਗਾ। ਜੇ ਗੱਲ ਕਰੀਏ ਜਗ੍ਹਾ ਦੀ, ਜਿਹੜੀ ਜਗ੍ਹਾ ਹੈਗੀ ਹੈ ਮੰਦਰ ਦੀ, ਆਪਦੀ ਟਰੱਸਟ ਦੀ ਹੈ ਜਾਂ ਕੋਈ ਹੋਰ ਐਲੀਗੇਸ਼ਨ ਲੱਗ ਰਹੀ ਨੇ? ਇਹ ਥਾਂ ਨਿੱਜੀ ਪ੍ਰਾਪਰਟੀ ਹੈ, ਪਰਚੇਜ਼ ਕੀਤੀ ਹੋਈ ਪ੍ਰਾਪਰਟੀ ਹੈ ਜੀ। ਆਪਣੀ ਜਿਹੜੀ ਜੱਦੀ ਪ੍ਰਾਪਰਟੀ ਹੈ ਉਹਦੀ, ਮਹਾਮੰਡਲੇਸ਼ਵਰ ਜੀ ਦੀ, ਸਾਡਿਆਂ ਦੀ। ਇਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਜਿਹੜਾ ਵਿਵਾਦ ਹੈ ਜਾਂ ਕੋਈ ਫਸਾਦ ਹੈ ਉਹ ਨਹੀਂ ਹੈਗਾ, ਕਿਉਂਕਿ ਚਾਰੇ ਦਿਸ਼ਾਵਾਂ ਦੇ ਵਿੱਚ ਉਹਨਾਂ ਦੀ ਆਪਣੀ ਜ਼ਮੀਨ ਹੈ। ਜੇ ਨਾਲ ਸੱਜੇ ਖੱਬੇ ਕਿਸੇ ਦੀ ਲੱਗਦੀ ਹੋਵੇ, ਅੱਗੇ ਪਿੱਛੇ ਲੱਗਦੀ ਹੋਵੇ, ਤਾਂ ਕੋਈ ਬੰਦਾ ਇਤਰਾਜ਼ ਕਰ ਸਕਦਾ? ਇਹ ਤਾਂ ਐਵੇਂ ਖਾਂਦੇ ਦੀ ਦਾੜੀ ਹਿੱਲਣ ਵਾਲੀ ਗੱਲ ਹੈ ਵੀ ਮੈਂ ਨਾ ਮੰਨੂੰ, ਉਹ ਵਾਲਾ ਸਿਸਟਮ ਹੈ ਅਤੇ ਉਹ ਸਿਸਟਮ ਹੁਣ ਚੱਲਣਾ ਨਹੀਂ। ਤੁਹਾਡੇ ਵੱਲੋਂ ਕਿਹਾ ਗਿਆ ਵੀ ਡੀ ਸੀ ਸਾਹਿਬ ਵੱਲੋਂ ਨੋਟਿਸ ਲਾਇਆ ਗਿਆ ਵੀ ਇਹਨੂੰ ਰੋਕਿਆ ਜਾਵੇ, ਕੀ ਕਾਰਨ ਜਿਹੜਾ ਨੋਟਿਸ ਲਾਇਆ ਗਿਆ? ADC ਸਾਹਿਬ ਨੇ ਟਾਊਨ ਪਲਾਜ਼ਾ ਦਾ ਇੱਕ ਬਹਾਨਾ ਬਣਾ ਕੇ ਕਲੋਨੀ ਕੱਟਣ ਦੇ ਜਿਹੜੇ ਕਾਨੂੰਨ ਹੈ 1865 ਦੇ, ਠੀਕ ਹੈ, 95 ਵਾਲੇ, ਉਹਨਾਂ ਦੇ ਤਹਿਤ ਇਹਨਾਂ ਨੇ ਉਹ ਐਕਸ਼ਨ ਦਾ ਜਿਹੜਾ ਇੱਕ ਚਿੱਠੀ ਹੈ ਕੱਢੀ ਸੀ। ਪਰ ਉਹ ਜਿਹੜੀ ਚਿੱਠੀ ਹੈ ਉੱਥੇ ਵਾਇਲਟ ਨਹੀਂ ਹੈਗੀ, ਕਿਉਂਕਿ ਕਲੋਨੀ ਨਹੀਂ ਕੱਟੀ ਜਾ ਰਹੀ, ਇੱਕ ਮੰਦਰ ਦੀ ਉਸਾਰੀ ਆਪਣੀ ਨਿੱਜੀ ਪ੍ਰਾਪਰਟੀ 'ਚ ਕੀਤੀ ਜਾ ਰਹੀ ਹੈ। ਮੈਨੂੰ ਨਹੀਂ ਪਤਾ ਵੀ ADC ਸਾਹਿਬ ਨੇ ਕਿਹਨੂੰ ਖੁਸ਼ ਕਰਨ ਵਾਸਤੇ ਇਹ ਜਿਹੜਾ ਪਸਟਾਂਡਾ ਰਚਿਆ, ਅਤੇ ਉਹ ਪਸਟਾਂਡਾ ਜਿਹੜਾ DC ਸਾਹਿਬ ਨੂੰ ਹੁਣ ਦਿਖਾਤਾ, ਸਾਰੀਆਂ ਰਜਿਸਟਰੀਆਂ ਦੇ ਦਿੱਤੀਆਂ, ਜ਼ਮੀਨ ਦੀ NOC ਦੇ ਦਿੱਤੀ, ਇੰਤਕਾਲ